ਚੰਨ ਕਈ ਸਹਿ ਚੜਦੇ ਉਹ ਜਿਹੜਾ ਗੇੜ ਖੜਾ ਕੀਤਾ ਨੇ ਇਹ ਬੁੱਧ ਦਾ ਬੁੱਧ ਕੀ ਫਾਇਦਾ ਉਹ ਤੁਹਾਡੇ ਖਲੋਣ ਦਾ ਕੋਈ ਮਕਸਦ ਹੈ ਅੰਦਰੋਂ ਕੋਈ ਨਾ ਜਾਏ ਬਾਹਰੋਂ ਕੋਈ ਆਵੇ ਤੇ ਆਵੇ ਉਹ ਸਾਰੇ ਉੱਥੇ ਖਲੋ ਜਾਵੇ ਉੱਥੇ ਖਲੋ ਗੇਟ ਦੇ ਉੱਤੇ ਚੜ ਵੀ ਚੱਲਣਾ ਹਰ ਵਾਰੀ ਹੋਰ ਜ਼ਰਾ ਜ਼ੋਰ ਲਾ ਕੇ ਵੇਖੋ ਮਸਾ ਤਾਂ ਅੱਜ ਰਾਤੀ ਘਰ ਜਾਓ ਨਾ ਸਵਾਣੀਆਂ ਤੁਹਾਡੀਆਂ ਆਖਣ ਵੀ ਆਏ ਕਿੱਥੋਂ ਚੇ ਚੜ ਵੇ ਚੱਲਣਾ ਜ਼ਿੰਦਾ ਔਰ ਬਿਦਾਰ ਹੋ ਕੇ ਬੈਠੋ ਚੜ ਵੇ ਚੱਲਣਾ ਕਰਨ ਸੁਣਾਈ ਤਾਰੇ ਜ਼ਿਕਰ ਕਰੇਂਦੇ ਤੇਰਾ ਹੋ ਇਹ ਬਸਮ ਤੁਹਾਡੀ ਜਿਹੜੀ ਹੈ ਬੜੇ ਪਿਆਰ ਨਾਲ ਤੁਸੀਂ ਬੜੀ ਮਿਹਨਤ ਕੀਤੀ ਬੜੀ ਕੋਸ਼ਿਸ਼ ਕੀਤੀ ਸੰਗੀਆਂ ਨੇ ਤਾਵਨ ਕੀਤਾ ਮਕਸਦ ਇਹ ਵੇ ਕਿ ਜੋ ਕੁਝ ਤੁਸੀਂ ਕੀਤਾ ਹੈ ਇਹਦਾ ਨਤੀਜਾ ਤੁਹਾਡੀ ਝੋਲੀ ਵਿੱਚ ਪੈ ਜਾਏ ਅੱਜ ਤੁਹਾਡੇ ਦਿਲ ਬਦਲ ਜਾਣ ਸੋਚ ਬਦਲ ਜਾਏ ਕਿਰਦਾਰ ਬਦਲ ਜਾਏ ਅਖਲਾਕ ਬਦਲ ਜਾਏ ਅੰਦਾਜ਼ ਬਦਲ ਜਾਏ ਔਰ ਇੰਝ ਲੱਗੇ ਇਹ 1400 ਸਾਲ ਪਹਿਲੇ ਵਾਲੇ ਨਬੀ ਦੇ ਆਸ਼ਿਕ ਕਿੱਥੋਂ ਆ ਗਏ ਤਕਰੀਰ ਬੜਾ ਵਾਹਵਾ ਨਹੀਂ ਤਕਰੀਰ ਹੋਵੇ ਤੇ ਤਕਦੀਰ ਬਦਲ ਜਾਏ ਚੜ ਵਿੱਚ ਕਰ ਰੁਸ਼ਨਾਈ ਤਾਰੇ ਜ਼ਿਕਰ ਕਰੇਂਦੇ ਤੇਰਾ ਹੋ ਤੇਰੇ ਜੇ ਰੋਜ਼ ਚੜਦਾ ਤੇਰੇ ਜੇ ਚੰਨ ਕਈ ਸਹਿ ਚੜਦੇ ਸਾਨੂੰ ਸਜਣਾ ਬਾਜ ਹਨੇਰਾ ਜਿੱਥੇ ਚੰਨ ਸਾਡਾ ਚੜਦਾ ਉੱਥੇ ਕਦਰ ਨਹੀਂ ਕੁਝ ਤੇਰਾ ਹੋ ਚੰਨ ਸਾਡਾ ਵਿੱਚ ਮਦੀਨੇ ਚੜਦਾ ਹੋਇਆ ਹਰ ਥਾਂ ਸਵੇਰਾ ਹੋ ਜਿਸ ਦੇ ਕਾਰਨ ਅਸਾਂ ਜਨਮ ਗਵਾਇਆ ਯਾ ਹਜ਼ਰਤ ਬਾਹ ਸੱਚ ਉਹ ਯਾਰ ਮਿਲੇ ਇੱਕ ਫੇਰਾ ਔਰ ਮਦਨੀ ਤਾਜਦਾਰ ਦਾ ਫਰਮਾਨ ਹੈ ਕਿ ਅਗਰ ਜ਼ਿੰਦਗੀ ਦੇ ਕਿਸੇ ਮੋੜ ਤੇ ਮੈਂ ਤੁਹਾਡੀ ਖਾਬ ਵਿੱਚ ਆ ਜਾਵਾਂ ਇਹ ਨਾ ਸਮਝਿਆ ਖਾਬ ਹੈ ਫਰਮਾਇਆ ਮੈਂ ਆਪ ਹੀ ਆਇਆ ਤੇ ਮਾਹੌਲ ਬਣਾਉਣਾ ਪੈਂਦਾ ਇਹ ਜਲਸਾ ਜਿਸਨੂੰ ਤੁਸੀਂ ਆਦੇ ਪਏ ਹੋ ਮਹਿਫਲ ਜਿਸਨੂੰ ਆਦੇ ਪਏ ਹੋ ਮਿਲਾਦ ਸ਼ਰੀਫ ਜਿਸਨੂੰ ਆਦੇ ਪਏ ਹੋ ਇਹਦੇ ਵਾਸਤੇ ਹਾਲਾਂਕਿ ਸ਼ਮਿਆਣੇ ਦੀ ਲੋੜ ਕੋਈ ਨਹੀਂ ਅੱਜ ਇਹ ਕਾਰਪੋਰੇਟਰ ਤੋਂ ਬਗੈਰ ਵੀ ਗੁਜ਼ਾਰਾ ਹੋ ਜਾਣਾ ਸੀ ਪਰ ਮਾਹੌਲ ਬਣਾਇਆ ਤੁਸੀਂ ਰੰਗ ਬਣਾਇਆ ਤੁਹਾਡੀ ਇਸ ਕੋਸ਼ਿਸ਼ ਨੂੰ ਅੱਲਾ ਕਬੂਲ ਫਰਮਾਏ ਯਾਦ ਰੱਖੋ ਮਾਹੌਲ ਬਣਾਉਣਾ ਪੈਂਦਾ ਹੈ ਤੇ ਮਾਹੌਲ ਐਸਾ ਬਣਾਓ ਔਰ ਮਾਹੌਲ ਬਣਾਉਣਾ ਕੀ ਹੈ ਪਾਕਿਜ਼ਗੀ ਤਹਾਰਤ ਪਾਕਿਜ਼ਗੀ ਔਰ ਤਹਾਰਤ ਨਿਸਬ ਈਮਾਨ ਹੈ ਤੇ ਪਾਕਿਜ਼ਗੀ ਦਾ ਤਾਲੁਕ ਵੁਜ਼ੂ ਨਾਲ ਗੁਸਲ ਨਾਲ ਤਰੀਕਾ ਤੁਹਾਡਾ ਨਹੀਂ ਵੀ ਪਹਿਲੇ ਪੈਰ ਧੋ ਲਓ ਨਹੀਂ ਪਹਿਲੇ ਹੱਥ ਹੀ ਧੋਣੇ ਤੇ ਮਦੀਨੇ ਦੇ ਤਾਜਦਾਰ ਨੇ ਫਰਮਾਇਆ ਕਿਆਮਤ ਦਾ ਦਿਨ ਹੋਏਗਾ ਚਿਹਰੇ ਵੀ ਜਗਮਗ ਕਰਨਗੇ ਹੱਥ ਵੀ ਚਮਕਣਗੇ ਪੈਰ ਵੀ ਚਮਕਣਗੇ ਜਿੱਥੇ ਜਿੱਥੇ ਵੁਜ਼ੂ ਦਾ ਪਾਣੀ ਗਿਰਦਾ ਰਿਹਾ ਹੋਵੇਗਾ ਉੱਥੋਂ ਨੂਰ ਉੱਠਦਾ ਨਜ਼ਰ ਆਏਗਾ ਤੇ ਕਮਲੀ ਵਾਲੇ ਇਹਨਾਂ ਚਮਕਦੇ ਸਿਤਾਰਿਆਂ ਨੂੰ ਵੇਖ ਕੇ ਅਰਜ਼ ਕਰਨਗੇ ਮੌਲਾ ਇਹ ਸਾਰੇ ਨੂਰ ਦੇ ਨਾਲ ਭਰੇ ਹੋਏ ਚਿਹਰੇ ਇਹ ਸਾਰੇ ਮੇਰੇ ਮਾਹੌਲ ਬਣ ਗਿਆ ਨਾ ਤੂੰ ਵੁਜ਼ੂ ਕੀਤਾ ਜਲਦਬਾਜ਼ੀ ਨਾਲ ਤੂੰ ਵੁਜ਼ੂ ਕੀਤਾ ਲਾਪਰਵਾਹੀ ਨਾਲ ਇੱਕ ਵਾਲ ਬਰਾਬਰ ਵੀ ਸੁੱਕਾ ਰਹਿ ਗਿਆ
ਵਜ਼ੂ ਕਦੋਂ ਹੋਇਆ? ਤੇ ਜੇ ਕਾਮਿਲ ਤਵੱਜੋ ਦੇ ਨਾਲ ਇਹਤਮਾਮ ਦੇ ਨਾਲ ਬੰਦਾ ਵਜ਼ੂ ਕਰ ਲਵੇ ਤੇ ਆਮਿਨਾ ਦੇ ਲਾਲ ਨੇ ਫਰਮਾਇਆ ਕਿਆਮਤ ਦਾ ਦਿਨ ਹੋਏਗਾ, ਚਮਕਦੇ ਚਿਹਰੇ ਨੂੰ ਅੱਲਾਹ ਦੀ ਬਾਰਗਾਹ ਚ ਕਮਲੀ ਵਾਲਾ ਪੇਸ਼ ਕਰੇਗਾ, ਵਾਲਾ ਹੈ ਮੇਰੇ ਨੇ, ਆਵਾਜ਼ ਆਏਗੀ ਸੋਹਣਿਆ ਫਿਰ ਜਿਹੜੇ ਤੇਰੇ ਉਹ ਸਾਰੇ ਹੀ ਮਿਲੇ। ਜਿਸ ਨਮਾਜ਼ ਹੀ ਨਹੀਂ ਪੜ੍ਹਨੀ ਜੇ ਅੱਜ ਮਿਲਾਦ ਚ ਆ ਹੀ ਗਏ ਹੋ, ਸੋਹਣੀ ਅੱਲਾਹ ਕਰੋ ਹੋਰ ਲਾ ਕੇ ਵੇਖੋ, ਹਰ ਵਾਰੀ ਕਰੋ ਤਾਂ ਕਿ ਦਿਲ ਜ਼ਿੰਦਾ ਹੋ ਜਾਏ। ਅਰਜ਼ ਕੀਤੀ ਮੌਲਾ ਤੇਰਾ ਨਾਮ ਪੈ ਲੈਂਦੇ ਨੇ, ਫਰਮਾਇਆ ਫਿਕਰ ਨਾ ਕਰ, ਇਹ ਮੇਰਾ ਨਾਂ ਲੈਂਦੇ ਪੈਣ, ਮਰ ਵੀ ਜਾਣਗੇ ਤੇ ਮੈਂ ਇਹਨਾਂ ਦਾ ਨਾਮ ਮੁੱਕਣ ਦੀ। ਜਰਾ ਕੁਰਾਨ ਦਾ ਅੰਦਾਜ਼ ਵੇਖੋ, ਕੁਰਾਨ ਜਦੋਂ ਪੜ੍ਹਿਆ ਜਾਏ ਤੇ ਬੜੀ ਦਿਲਚਸਪੀ ਲਿਆ ਕਰੋ, ਕਿਉਂਕਿ ਲੱਠ ਮਾਰ ਪੀਰ ਵੀ ਬਹੁ ਔਰ ਜ਼ਬਾਨ ਦਰਾਜ਼ ਮੌਲਵੀ ਵੀ ਬਹੁ। ਦੀਨ ਦਾ ਦੀਵਾ ਇਹਨਾਂ ਗੱਲਾਂ ਨਾਲ ਨਹੀਂ ਬੱਲੇਗਾ, ਬੋਲੋ ਤੇ ਸੰਭਲ ਕੇ ਬੋਲੋ, ਕਿਸੇ ਦਾ ਦਿਲ ਨਾ ਟੁੱਟੇ, ਜੋੜੋ ਇਸ ਟੁੱਟੀ ਉਮਤ ਨੂੰ ਜੋੜੋ, ਔਰ ਜੁੜਨਾ ਇਸ ਕਿਸ ਗੱਲ ਤੇ, ਲਾ ਇਲਾਹਾ ਇਲਲਾਹ ਮੁਹੰਮਦੁਰ ਰਸੂਲੁਲਲਾਹ, ਅੱਲਾਹ ਤੋਂ ਸਿਵਾ। ਔਰ ਤਰਜਮਾ ਜਿਹੜੇ ਪੜ੍ਹੇ ਲਿਖੇ ਲੋਕ ਕਰਦੇ ਨੇ ਨਾ, ਅੱਲਾਹ ਤੋਂ ਸਿਵਾ ਇਬਾਦਤ ਦੇ ਲੈ ਉਹ ਜਲਿਆ, ਇਲਾਹ ਦਾ ਤਰਜਮਾ ਮਾਬੂਦ ਤੇ ਹੈ ਹੀ ਨਹੀਂ। ਇਹ ਜੇ ਗਰੂ ਰੁਸ ਕੇ ਆਇਆ ਤਾਂ ਤੁਹਾਡੀ ਮਰਜ਼ੀ, ਵੈਸੇ ਮੌਲਵੀਆਂ ਦੀ ਅੱਲਾਹ ਜਲਦੀ ਚੱਲ ਸਕਦੀ ਹੈ, ਅੱਲਾਹ ਪਾਕ ਨੇ ਇਹ ਇਲਮ ਵਾਸਤੇ ਖਾਸ ਕੈਫੀਅਤ ਰੱਖੀ ਹੈ, ਕਿਉਂਕਿ ਬਿਆਨ ਨੂੰ ਫੈਲਣ ਨਹੀਂ ਦੇਣਾ, ਔਰ ਮੈਂ ਹੁਣੇ ਹੀ ਫੈਸਲਾਬਾਦ ਵੀ ਪਹੁੰਚਣਾ, ਇਸ ਵਾਸਤੇ ਤੁਹਾਡੀ ਮਜਬੂਰੀ ਸ਼ਾਇਦ ਨਾ ਹੋਵੇ, ਮਜਬੂਰੀ ਮੇਰੀ ਵੀ ਕੋਈ ਨਹੀਂ, ਇਹ ਤੁਹਾਡੇ ਸ਼ੌਕ ਦੀ ਬਾਤ ਹੈ, ਮੇਰੀ ਇਤਨੀ ਖਾਹਿਸ਼ ਜ਼ਰੂਰ ਹੈ ਕਿ ਅੱਜ ਤੁਸੀਂ ਬੇਵਜ਼ੂ ਨਾ ਰਹੋ, ਬੇਨਮਾਜ਼ ਨਾ ਰਹੋ, ਵਜ਼ੂ ਸਹੀ ਕਰ ਲਿਆ, ਜਿਸਮ ਪਾਕ ਹੋ ਗਿਆ, ਨਮਾਜ਼ ਸਹੀ ਪੜ੍ਹ ਲਈ, ਰੂਹ ਪਾਕ ਹੋ ਗਈ, ਤੇ ਅੱਲਾਹ ਦਾ ਨਾਂ ਸਹੀ ਲੈ ਲਿਆ ਤੇ ਦਿਲ ਪਾਕ। ਫਜ਼ਕੁਰੂਨੀ ਇਹ ਮੈਂ ਬਿਲਕੁਲ ਅੱਲਾਹ ਦਾ ਨਾਂ ਤੁਹਾਨੂੰ ਤੋਹਫਾ ਪੇ ਦੇਣਾ, ਇਹ ਸਿਰਫ ਜਲਸੇ ਚ ਨਹੀਂ ਕਰਨਾ, ਕਿਉਂਕਿ ਫਿਰ ਤੁਸੀਂ ਸੁਭਾਨ ਅੱਲਾਹ ਦੇ ਚੱਕਰ ਚ ਰਹਿਣਾ, ਜਿਹੜੀ ਤੁਸੀਂ ਕਰਨੀ ਕੋਈ ਨੀ, ਇਹਨਾਂ ਤੋਂ ਛੋੜਨਾ ਕੋਈ, ਤੇ ਬਿਹਤਰ ਇਹ ਵੇ ਉਹ ਖਾਤਾ ਲੈਦਾ ਰੱਖੋ, ਇਹ ਖਾਤਾ ਨਵਾਂ ਖੋਲ ਲਓ, ਦੁਕਾਨ ਤੇ ਬੈਠਾ ਰਵੀ ਹੱਥ ਕਾਰ ਵੱਲ ਫਿਰ ਯਾਰ ਵੱਲ, ਫਜ਼ਕੁਰੂਨੀ ਅਜੇ ਤੁਹਾਡਾ ਦਿਲ ਚੱਲਿਆ ਨਹੀਂ, ਕਸੂਰ ਤੁਹਾਡਾ ਕੋਈ ਨਹੀਂ। ਇਸ ਦਿਲ ਦੇ ਬਾਰੇ ਚ ਆਮਿਨਾ ਦੇ ਲਾਲ ਨੇ ਫਰਮਾਇਆ ਇਹ ਗੋਸ਼ਤ ਦਾ ਟੁਕੜਾ ਲੋਥੜਾ ਜਿਹਦੀ ਕੋਈ ਜ਼ਬਾਨ ਕੋਈ ਨਹੀਂ, ਜਿਹਦੇ ਕੰਨ ਕੋਈ ਨਹੀਂ, ਜਿਹਦੀ ਅੱਖ ਕੋਈ ਨਹੀਂ, ਜਿਹਦੀ ਸਮਾਤ ਕੋਈ ਨਹੀਂ, ਤੇ ਇਹ ਹੀ ਦਿਲ ਜਦੋਂ ਦਿਲੇ ਮੋਮਿਨ ਬਣ ਜਾਏ ਇਹਦੇ ਵਿੱਚ ਰੂਹ ਵੀ ਆ ਜਾਂਦੀ, ਜ਼ਿੰਦਗੀ ਵੀ ਆ ਜਾਂਦੀ ਹੈ, ਇਹਨੂੰ ਅੱਖ ਵੀ ਮਿਲ ਜਾਂਦੀ ਹੈ, ਇਹਨੂੰ ਸਮਾਧ ਵੀ ਮਿਲ ਜਾਂਦੀ ਹੈ, ਇਸ ਨੂੰ ਹੱਥ ਵੀ ਮਿਲ ਜਾਂਦੇ ਨੇ, ਪੈਰ ਵੀ ਮਿਲ ਜਾਂਦੇ ਨੇ, ਔਰ ਇਸ ਧੜਕਣ ਦਿਲ ਦੇ ਅੰਦਰ
ہر دھڑکن دل کے اندر پھر اللہ اللہ دا نور پیدا ہوتا رہتا ہے اور اس نور کی وجہ تو گناہ سڑتے رہتے ہیں نیکیاں ودیاں رہنی ہیں اور دل پھر مچلتا رہتا ہے کدی ویکھو تسی وجد اے جسم دا ہلنا مجد وجد نہیں دل دا ہلنا وجد ہے وہ ایک خاص کیفیت ہے یہ اج ابتدائی تیاری طور میں کرانی ہے تے اگلی تیاری تسی مڑ آ جاوے ہے حضرات گرامی فرمایا فذکرون اذکر اللہ فرمانا میرا نام لیا کرو یا اللہ سانو کی لب سی فرمایا جدو میں تھوڑا نام لینا تو پھر سب کچھ تھوڑا ہی ہوگا وشکرونی یہ نہ سمجھے کہ تسی بڑا بڑا کام کر چھوڑے ہیں فرمایا اجے تو شکر ہی پورا نہیں ادا کیا حضرت سلطان العارفین نے رب نے اس فرمان کی ایک اور تفسیر کی تھی آپ فرمانے نے کہ اللہ کی چاہ دے وے کہ تسی زیادہ سے زیادہ اللہ کا نام لیا کرو یا ایھا الذین آمنوا اتقوا اللہ یا ایھا الذین آمنوا اذکروا اللہ ذکرا کثیرا زیادہ تو زیادہ سلطان صاحب نے اتنی تشریح کی تھی اور تفسیر کی تھی فرمایا سا لو تو اللہ دا نام لو اگر سا آنا جانا رک جائے بڑی بڑی نعمت ہے ہر باری سا لو اندر جائے باہر آئے اللہ دا نام لو تاکہ تسی اللہ دا ذکر کرو اللہ کی بارگاہ تہاڈا ذکر قبول ہوے تہاڈا شکر ادا ہو جائے بلا تک فرون اور کفر تو بچ جاؤ کسرت کیے نیاز کی تھی سونیا کسرت کیے فرمایا کسرت اے وے کہ جناب سالو کے اللہ دا نام اللہ 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 سا لیا کہ اللہ دا نام نہیں لیا غفلت ہو گئی آپ فرماندے نے جو دم غافل اور جیڑا سا غفلت وچ ہے جیڑا سا بولو بولو میں کوئی نہیں آواز آئی وہ ملو اور بھی بندے رہنے نے اور اگلی باری کسی اور بلا لسا جو دم غافل سا لیا تے اللہ دا نام نہیں لیا تے غفلت ہے تے جے سا لیا تے اللہ دا نام لیا اللہ مولا ذکر بھی ہو گیا شکر بھی ہو گیا ہن ساڈا کی بن ولا تک فرون پر ماؤنٹ تسی کفر تو بچ گیا ہن تسی نفاق تو بچ گئے ہو ہوں تسی حسد تو بچ گئے ہو غیبت تو بچ گئے ہو جھوٹ تو بچ گئے ہو بول کے دکھا یا اللہ سانو لبے گا کیونکہ اسی دیسے چکر جانے سانو کی لبے دکان بنائی سانو کی آیا کاروبار کی تا سانو کی آیا زمین گڈی سانو کی آیا یا اللہ تیرا نام لے ہے سا سا نال بول کے دکھا اے نال والے نو چھکے دے وے نہ پر اللہ جو نہیں پہ بولدا اللہ یا اللہ سانو کی لبیا قران سن اللہ لئن شکرتم اللہ لازیدنکم اور میں تو شکر گزار بن دے جاؤ اسی نعمت دی اضافہ کر دے جاؤں مولا اک ویکھ دیئے جتھوں تک کوئی رکاوٹ نہ ہوئے ویکھ دیئے فرمایا جی اس اکھ نو شکر گزار بنا لے مولا او کی میں فرمایا انو جھکا لے انو حیا دار بنا لے تے پھر اے اکھ صرف ادھر نہیں ویکھے گی ادھر بھی ویکھے گی اللہ امیر المومنین اللہ میں اگلے پانچ منٹ تقریر ختم کر لگا بالکل وہ کاٹے بادام نہیں ہوتے
ਜਿਹੜੇ ਵਦਾਨ ਨਾਲ ਵੀ ਨਹੀਂ ਟੁੱਟਦੇ ਮੁਹੱਬਤ ਨਾਲ। ਮਾਸ਼ਾਅੱਲਾ ਤੁਸੀਂ ਕਾਫੀ ਅੱਛਾ ਜ਼ਿਕਰ ਕਰ ਰਹੇ ਹੋ, ਪਰ ਮੈਂ ਚਾਹੁੰਦਾ ਹੋਰ ਜ਼ਿਆਦਾ ਅੱਛਾ। ਅੱਜ ਵਿਰਾਹ ਵਿਰਾਹ ਨਾਲ ਲੜੇ ਹੋਏ, ਪਿਓ ਪੁੱਤਰ ਚ ਲੜਾਈਏ, ਮੀਆਂ ਬੀਵੀ ਚ ਲੜਾਈਏ, ਉਹਦੀ ਕੋਈ ਵਜੂਹਾਤ ਤੇ ਹੋ ਸਕਦਾ? ਅੰਦਰ ਜੇ ਕੁਫਰ ਭਰੇ ਹੋਏ, ਅੰਦਰ ਜੇ ਹਸਦ ਭਰੇ ਹੋਏ, ਕਦੀ ਅੰਨੇ ਨਾ ਹੋਵੋ ਨਾ ਤੇ ਡੋਰੇ ਨਾ ਹੋ ਤੁਸੀਂ। ਤੁਹਾਡੇ ਬੱਚੇ ਜਦੋਂ ਆਪਸ ਵਿੱਚ ਖੇਡਦੇ ਨੇ ਤੇ ਕਿਤਨੀਆਂ ਨੰਗੀਆਂ ਗੱਲਾਂ ਕੱਢਦੇ ਨੇ ਇੱਕ ਦੂਜੇ ਨੂੰ, ਇਹ ਤੁਸੀਂ ਹੀ ਸਿਖਾਈਆਂ। ਕਾਸ਼ ਇਹਨਾਂ ਨੂੰ ਦਰੂਦ ਦੀਆਂ ਲੋਰੀਆਂ ਤੁਸੀਂ, ਕਾਸ਼ ਉਹ ਮਾਂ ਤਿਆਰ ਕੀਤੀ ਹੁੰਦੀ ਤੁਸੀਂ ਜਿਹਦੀ ਗੋਦ ਚ ਪੱਲਣ ਵਾਲੇ ਕੁਰਾਨ ਦੇ ਕਾਰੀ ਬਣ ਰਹੇ। ਖੈਰੁਕੁਮ ਮਨ ਤਅੱਲਮਲ ਕੁਰਾਨ ਵਅੱਲਮਹੁ। ਹਾਂਜੀ, ਚੌਧਰੀ ਸਾਹਿਬ ਬੜੇ ਚੰਗੇ ਨੇ, ਮਲਕ ਸਾਹਿਬ ਜੀ ਬੜੇ ਚੰਗੇ ਨੇ, ਖਾਨ ਸਾਹਿਬ ਜੀ ਕਿਆ ਕਹਿਣਾ ਜੀ। ਕਮਲੀ ਵਾਲੇ ਨੇ ਫਰਮਾਇਆ ਤੁਹਾਡੇ ਜੋ ਚੰਗਾ ਹੋਏ ਜਿਹੜਾ ਕੁਰਾਨ ਪੜ੍ਹੇ ਤੇ ਫਿਰ ਪੜ੍ਹਾ ਵੀ ਸਕੇ। ਇਹ ਸਾਰੇ ਤੁਸੀਂ ਕੁਰਾਨ ਸਹੀ ਪੜ੍ਹ ਲਓ, ਆਪਣੇ ਪੋਤਰੇ ਦੋਤਰਿਆਂ ਤੋਂ ਤੁਸੀਂ ਆਪ ਹੀ ਪੜ੍ਹਾਈ ਰੱਖੋ। ਲੇਕਿਨ ਉਹ ਮਰਲਾ ਆਉਣ ਤੋਂ ਪਹਿਲੇ ਇਹ ਜਿਹੜੇ ਮਦਾਰਿਸ ਨੇ, ਇਹ ਜਿਹੜੇ ਕੁਰਾਨ ਦੇ ਮਰਾਕਜ਼ ਨੇ, ਜਿੱਥੇ ਅੱਜ ਬੈਠੇ ਹੋ, ਜ਼ਰਾ ਇਹਨਾਂ ਵੱਲ ਵੀ ਧਿਆਨ ਕਰੋ। ਨਾਥ ਖਾਨ ਨੂੰ ਦੇ ਦਿੱਤੇ, ਲੈ ਗਿਆ ਦਿਓ, ਮੈਂ ਨਹੀਂ ਰੋਕਣਾ। ਮੌਲਵੀ ਸਾਹਿਬ ਨੂੰ ਦਿੱਤੇ, ਉਹ ਵੀ ਲੈ ਗਿਆ, ਦਿਓ ਜ਼ਰੂਰ। ਉਲਮਾ ਨੂੰ, ਸਨਾਖਾਨਾ ਨੂੰ, ਹਜ਼ੂਰ ਦੀ ਸਨਾਖਾਨੀ ਕਰਨ ਵਾਲਿਆਂ ਨੂੰ ਜ਼ਰੂਰ ਦਿਓ, ਪਰ ਇਹ ਜਿਹੜੇ ਯਤੀਮ ਇੱਥੇ ਪੇ ਪੜਦੇ। ਪੀਰ ਸਾਹਿਬ ਨੂੰ ਵੀ ਦਿਓ, ਕਿਹੜੀ ਲੋੜ ਹੈ ਪੀਰਾਂ ਨੂੰ, ਅੱਗੇ ਕਿਹੜੀ ਸ਼ਾਇਦ ਦੀ ਕਮੀ ਹੈ। ਓਏ ਨਾ ਮਦਾਰਸ ਦੇ ਸਿਰ ਤੇ ਹੱਥ ਰੱਖੋ, ਤ੍ਰੈ ਕੰਮ ਕਰਨੇ ਤੁਸੀਂ। ਸਭ ਤੋਂ ਪਹਿਲੇ ਇਹ ਨਾ ਸੋਚੋ ਵੀ ਤੁਸੀਂ ਹੁਣ ਜਨਾਬ ਬੁੱਢੇ ਹੋ ਗਏ ਹੋ, ਮਰਨ ਤੋਂ ਪਹਿਲੇ ਇੱਕ ਐਤ ਵੀ ਅਗਰ ਕੁਰਾਨ ਦੀ ਤੂੰ ਸਹੀ ਕਰ ਲਈ ਨਾ, ਤੇਰੀ ਕਬਰ ਜੰਨਤ ਦਾ ਬਾਗ ਬਣ ਜਾ। ਕੱਲ ਤੂੰ ਜਨਾਬ ਤਲੀਮੇ ਬਾਲਣਾ ਸ਼ੁਰੂ ਕਰੋ ਜੀ, ਕਿਹੜਾ ਤੁਹਾਡਾ ਸਾਰੇ ਟਾਈਮ ਹੈ, ਅੱਧਾ ਘੰਟਾ ਕੱਢ ਲਓ, ਕਾਰੀ ਸਾਹਿਬ ਦੇ ਕੋਲ ਆ ਜਾਓ ਜੀ, ਨਾਂ ਦਰਜ ਕਰੋ ਜੀ, ਕੋਈ ਪੈਸੇ ਸ਼ੈਸੇ ਨਹੀਂ, ਕੁਰਾਨ ਦੀ ਕੋਈ ਉਜਰਤ ਨਹੀਂ, ਵੈਸੇ ਖਿਦਮਤ ਕਰੋ। ਤੁਹਾਡਾ ਕਿਬਲਾ ਦਰੁਸਤ ਹੋ ਗਿਆ ਨਾ, ਤੁਹਾਡੇ ਬੱਚੇ ਜਿਹੜੇ ਨਾ ਐਨ ਜਨਾਬ ਹੁਸੈਨੀ ਬਣ ਜਾਣ, ਮਾਸ਼ਾਅੱਲਾ ਸਭ ਸਾਹਿਬ ਜ਼ੌਕ ਲੋਕ ਹੋ। ਇਹ ਥੋੜੀ ਜੀ ਅੱਲਾ ਅੱਲਾ ਤੁਸੀਂ ਕੀਤੀ ਹੈ, ਇਹ ਹੁਣ ਬੇਸ਼ੱਕ ਵੇਖ ਲਓ, ਅੱਗੇ ਵੀ ਤੁਸੀਂ ਹੀ ਸੋ, ਹੁਣ ਵੀ ਤੁਸੀਂ ਹੋ, ਐਨ ਨੂਰ ਤੁਹਾਡੇ ਚਿਹਰੇ ਚ ਉੱਠਣਾ ਸ਼ੁਰੂ ਹੋ। ਅਜੇ ਸਿਰਫ ਸੋਚਦੇ ਪਏ ਵੀ ਨਮਾਜ਼ ਪੜ੍ਹਨੀ ਚਾਹੀਦੀ, ਅਜੇ ਸਿਰਫ ਸੋਚਦੇ ਪਏ ਹੋ ਯਾਰ ਵੁਜ਼ੂ ਤੇ ਸਹੀ ਆਉਣਾ ਚਾਹੀਦਾ, ਅਜੇ ਸਿਰਫ ਸੋਚਦੇ ਪਏ ਹੋ ਯਾਰ ਅੱਲਾ ਅੱਲਾ ਤੇ ਕਰਨੀ ਸਿੱਖਣੀ ਚਾਹੀਦੀ। ਆ ਚੁੰਮ ਚੁੰਮ ਕੇ ਹੱਥ ਪੀਰਾਂ ਨੇ, ਪੀਰਾਂ ਨੂੰ ਵੀ ਵਕਤ ਪਾਇਆ ਹੋਇਆ। ਅੱਛਾ ਜੇ ਮੁਰੀਦ ਚੋ ਤੇ ਨਾ ਚੁੰਮਣ ਨਾ, ਤੇ ਪੀਰ ਨਾਰਾਜ਼, ਤੂੰ ਮੇਰੇ ਹੱਥ ਨਹੀਂ ਚੁੰਮੇ, ਉਹ ਜ਼ਾਲਮਾ ਤੂੰ ਇਹ ਤੇ ਵੇਖ ਤੇਰੀ ਸ਼ਕਲ ਕੀ ਹੋ ਜਾਈ। ਯਾਰ ਸਾਡੇ ਜੇ ਜਿਹੜੇ ਗੁਲਾਮ ਨੇ ਨੌਕਰ ਨੇ ਰਸੂਲੁੱਲਾ ਦੇ, ਅਸਾਂ ਤਾਂ ਹੱਥ ਬੰਨ ਕੇ ਲੋਕਾਂ ਨਾਲ, ਯਾਰ ਇਹ ਜਿਹੜਾ ਇਹ ਪੀਰਾਂ ਨੂੰ ਟੱਕਰਾਂ ਜਾ ਕੇ ਮਾਰਦੇ ਹੋ, ਇਹ ਹੱਥ ਚੁੰਮ ਚੁੰਮ ਕੇ ਉਹਨਾਂ ਦਾ ਰਗੜਾ ਕੱਢੇ ਹੋਇਆ ਨੇ, ਇਹ ਕੋਈ ਇੱਕ ਸਾਲ ਇੱਕ ਨਾ ਪੀਰਾਂ ਨੂੰ ਨਜ਼ਰਾਨੇ ਦੇਣੇ ਛੋੜ ਦਿਓ, ਰੁੱਸ ਜਾਓ ਉਹਨਾਂ ਨਾਲ, ਉਹ ਮੁੜ ਜਦੋਂ ਤੁਰ ਮਨਾਉਣ ਆਉਣ ਤੇ ਆਖੋ ਪੀਰ ਜੀ ਨਮਾਜ਼ ਤੇ ਪੜ੍ਹੀ ਕਰੋ। ਉਹ ਬੇਨਮਾਜ਼ ਆਪ ਜਨਮੀ ਹੈ,
ਕਿਹੜੀ ਪੀਰੀ ਮੁਰੀਦੀ ਹੈ ਯਾਰ? ਗੱਲ ਇੰਜੇ, ਮੈਂ ਤੁਹਾਡੇ ਸਾਹਮਣੇ ਇੱਕ ਨਕਸ਼ਾ ਹੁਣ ਪੇਸ਼ ਕਰਨ ਲੱਗਾ, ਬੋਲ ਕੇ ਦਿਖਾਓ ਔਰ ਜ਼ਰਾ ਜ਼ੋਰ ਲਾ। ਤਕਰੀਰ ਦੇ ਬਹੁਤ ਸਾਰੇ ਪਹਿਲੂ ਨੇ, ਮੈਂ ਬੜਾ ਦਿਲ ਪਿਆ ਕਰਦਾ, ਤੁਸੀਂ ਚੁੱਕੇ ਪਟੜੀ ਤੇ ਚੜ ਗਏ ਹੋ, ਲੇਕਿਨ ਮੈਂ ਚਾਹੁੰਦਾ ਕਿ ਅਗਲੀ ਤਕਰੀਰ ਤੁਸੀਂ ਇੱਕ ਹੋਰ ਦਾਵਤ ਮੁਹੱਬਤ ਦਿਆਂਗਾ ਮੈਂ ਤੁਹਾਨੂੰ ਥੋੜੀ ਦੇਰ। ਇਸ ਵਕਤ ਤੁਸੀਂ ਤ੍ਰੈ ਕੰਮ ਕਰਨੇ ਨੇ, ਅੱਜ ਐਦ ਕਰ ਲਓ, ਕੁਝ ਵੀ ਹੋ ਜਾਏ ਨਮਾਜ਼ ਨਹੀਂ ਛੋੜਨੀ। ਜਿਹੜਾ ਮਿਲਾਦ ਤੁਸੀਂ ਹੁਣ ਪਿਆ ਮਨਾਉਂਦੇ ਹੋ ਨਾ, ਜਿਹੜਾ ਨਮਾਜ਼ ਵਿੱਚ ਉਸ ਮਿਲਾਦ ਦੀ ਤੁਹਾਨੂੰ ਸ਼ਕਲ ਵਿਖਾਣਾ, ਠੀਕ ਹੈ? ਇਹ ਜਦੋਂ ਬੰਦਾ ਨਮਾਜ਼ ਤੇ ਖਲੋਂਦਾ ਐਨ ਸ਼ਕਲ ਬਣਦੀ ਹੈ ਕਿ ਨਹੀਂ ਬਣਦੀ, ਬੋਲ ਕੇ ਦਿਖਾ ਦੇ। ਇਹ ਕਿਆਮ ਕੀਤਾ, ਅਲਫ ਪੜ ਗਈ, ਰਕੂ ਵਿੱਚ ਗਿਆ, ਭਾਵੇਂ ਤਸਬੀਹਾਂ ਪੜ ਰਹੇ ਹੈ ਨਾ, ਲੈ ਅੱਲਾ ਦਾ ਨਾਂ ਰਹੇ, ਪਰ ਹਾ ਬਣ ਗਈ, ਹੇ ਜਿਸ ਨੂੰ ਮੈਂ, ਤੇ ਜਦੋਂ ਸਜਦੇ ਗਿਆ ਵੇਲੇ ਤੇ ਮੀਮ ਬਣ ਗਏ, ਜਦੋਂ ਅੱਧਾ ਯਾਦ ਬਹਿ ਗਿਆ ਤੇ ਦਾਲ, ਤੇ ਹੋ ਗਿਆ ਕਮਾਲ, ਨਮਾਜ਼ ਸ਼ੁਰੂ ਹੋਈ, ਕਿਆਮ ਤੂੰ ਅਲੇ ਬਣੀ, ਰਖੂ ਵਿੱਚ ਗਿਆ ਹਾ ਬਣਿਆ, ਸਜਦੇ ਚ ਗਿਆ ਮੀਮ ਬਣੀ, ਅੱਧਾ ਯਾਦ ਬੈਠਾ ਦਾਲ ਬਣੀ, ਨਮਾਜ਼ ਮੁਕੰਮਲ ਹੋਈ ਤੇ ਅਹਿਮਦ ਦੀ ਤਸਵੀਰ ਮੁਕੰਮਲ ਹੋਈ। ਆਪਣੀ ਕੌਮ ਨੂੰ ਫਰਮਾ ਰਹੇ ਮੁਬਸ਼ਰਮ ਬੇ ਰਸੂਲ ਯਾਤੀ ਮਿਨ ਬਾਦ ਇਸਮਹੁ ਅਹਿਮਦ, ਅਜੇ ਆਇਆ ਨਹੀਂ ਸੁਣ ਬੁਲਾਇਆ ਨਹੀਂ ਯਾਰ, ਬੋਲ ਕੇ ਵਿਖਾਓ ਸਰ। ਬਸ਼ਾਰਤ ਦੇ ਰਹੇ ਨੇ, ਖੁਸ਼ਖਬਰੀ ਦੇ ਰਹੇ ਨੇ ਆਪਣੀ ਕੌਮ ਨੂੰ, ਭਾਈ ਮੇਰਾ ਕਲਮਾ ਪੜਿਆ ਜੇ, ਪਰ ਮੈਂ ਤੁਹਾਨੂੰ ਫਿਰ ਦੱਸਣਾ ਉਹ ਵੀ ਆ ਰਿਹਾ ਜੀ, ਜਿਹੜਾ ਅਜੇ ਆਇਆ ਨਹੀਂ ਪਰ ਉਹਦੇ ਆਉਣ ਦੀ ਧੁੰਮ ਪਈ ਹੋਈ ਹੈ ਆਸਮਾਨਾਂ ਤੇ, ਅੱਲਾ ਦੀ ਉਹ ਐਡੀ ਹਮਦ ਕਰ ਰਿਹਾ ਕਿ ਅੱਲਾ ਨੇ ਉਸ ਹਮਦ ਕਰਨ ਵਾਲੇ ਨੂੰ, ਆਪਣੀ ਨਾਤ ਪੜਨ ਵਾਲੇ ਨੂੰ, ਆਪਣੇ ਜ਼ਿਕਰ ਕਰਨ ਵਾਲੇ ਨੂੰ ਆਪਣੇ ਨਾਂ ਦੀ ਅਲਫ ਦੇ ਕੇ ਬੋਲ ਕੇ ਵਿਖਾ ਲਿਆ, ਆਮਦ ਬਣਾ ਦਿੱਤਾ ਹੱਦ ਤੋਂ ਵੱਧ ਕੇ ਅੱਲਾ ਦੀ ਹਮਦ ਕਰਨ। ਸੁਲਤਾਨ ਸਾਹਿਬ ਨੇ ਤਾਂ ਤਰਜਮਾ ਕੀਤਾ, ਹੁਣ ਇੰਜ ਹੱਥ ਫੇਰ ਲਓ ਆਪਣੇ ਜਿਸਮ, ਜਿੱਥੇ ਕੋਈ ਦਰਦ ਪੀੜ ਤਕਲੀਫ ਦੁੱਖ ਹੈ ਇੰਜ ਹੱਥ ਫੇਰ ਲਓ, ਇਸ ਸ਼ੇਰ ਦੇ ਮੁਕੰਮਲ ਹੋਣ ਤੋਂ ਬਾਅਦ ਫਿਰ ਹੱਥ ਫਿਰਾਵਾਂਗਾ ਮੈਂ। ਫਿਰ ਦੱਸਿਆ ਮੁੜ ਪੀਰਾਂ ਕਿਤੇ ਗਈ, ਫੂਕਾ ਨਹੀਂ ਦਮ ਹੁੰਦਾ, ਤਵੱਜੋ ਫਰਮਾਓ। ਸੁਲਤਾਨੁਲ ਆਰਫੀਨ ਨੇ ਇਸ ਦਾ ਤਰਜਮਾ ਕੀਤਾ ਲਫ਼ਜ਼ ਅਹਿਮਦ ਦਾ, ਅੱਲਾ ਦੀ ਹਮਦ ਕਰਨ ਵਾਲਾ, ਅੱਲਾ ਦਾ ਜ਼ਿਕਰ ਕਰਨ ਵਾਲਾ, ਅੱਲਾ ਦੀ ਸ਼ਾਨਾ ਬਿਆਨ ਕਰਨ ਵਾਲਾ, ਅਜੇ ਰੂਹ ਜਿਸਮ ਵਿੱਚ ਨਹੀਂ ਆਈ, ਬੋਲ ਕੇ ਵਿਖਾ ਦਾ, ਤੇ ਬੋਲਦਾ ਪਿਆ ਤੇ ਅੱਲਾ ਦਾ ਨਾਂ ਲੈਂਦਾ ਪਿਆ। ਤੇ ਸੁਲਤਾਨੁਲ ਆਰਫੀਨ ਨੇ ਤਰਜਮਾ ਕੀਤਾ ਬੇ ਬਿਸਮਿਲਲਾ, ਚਲੋ ਹੱਥ ਉੱਤੇ ਨਹੀਂ ਆਉਂਦਾ ਆਪਣੇ ਜਿਸਮ ਤੇ ਫੇਰ ਲੈ, ਵੈਸੇ ਉੱਤੇ ਹੋਇਆ ਵੀ ਨੁਕਸਾਨ ਹੋਏ ਨੇ, ਬੇ ਬਿਸਮਿਲਲਾ ਇਸਮ ਅੱਲਾ ਦਾ ਇਹ ਵੀ ਕਹਿਣਾ ਬਾਰਾਂ। ਲਓ ਜੀ ਮਿਲਾਦ ਸ਼ੁਰੂ ਹੋ ਗਿਆ, ਇਹ ਬਾਹਰ ਵਾਲਾ ਮਿਲਾਦ ਤੇ ਤੁਹਾਨੂੰ ਨਜ਼ਰ ਆ ਗਿਆ ਨਾ, ਹੁਣ ਅੰਦਰ ਵਾਲੇ ਚੱਲੇ ਆ। ਪਹਿਲੀ 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 ਕੈਫੀਅਤ ਨਮਾਜ਼ ਦੀ ਨੀਅਤ ਕਰਨਾ, ਨੀਅਤ ਇਹ ਨਹੀਂ ਬੇਸੁਰਾ ਨਹੀਂ ਸੁਰ ਨਾਲ,
نیت کرنا اس نماز لئی، پڑھنا خاص واسطے. بولے آئی یار بول کے دکھاؤ، یہ نماز وچ کو اور شامل نہیں، صرف اللہ، صرف اللہ واسطے توجہ رکھے، صرف اللہ دے واسطے. نالی اللہ اکبر، اس اللہ اکبر اس بڑے راز میں. بچہ پیدا ہوئے تو سجے کان بھی اللہ اکبر، کھبے بھی اللہ اکبر. بول کے دکھا، بول کے دکھا. میں عرض کی مولا اس بچے نو کے پتا، یہ اذان اقامت اللہ اکبر اللہ اکبر آواز آئی، اے اندر جا کے فکس ہو جانی، تھک جانی. اللہ پیغام ملیا، اللہ سب سے بڑا ہے، اللہ سب سے بڑا ہے، دکان تو نہیں اٹھیا. دعا کر دے چنگا چھوڑ جانتا کہ کوئی بہانہ تو ہوگی نا، میں اٹھ گیا. صاحب کیویں دے گا وہ اللہ ہو گیا دنیا کی محبت، پھر یہ اکھ ہی دے دے واپس. اللہ اکبر، غریبوں سے دعا کرو موئے بہن. اللہ اکبر، اللہ سب سے بڑا ہے، توجہ رکھو، اللہ سب سے بڑا ہے. دکان سے اٹھا کیوں نہیں پھر؟ کون جی پیر صاحب جی تویز دیو جی، کم نہیں پھر ٹوٹا، لانا تے تیری زندگی تے، یہ کیڑا کم ہے؟ اپنے چالے تے ویکھ، ناراض تو نہ ہو سنا. اچھا کئی بندے نے پتہ ہی کو نہیں بھی پڑھنی بھی چاہیے کہ نہیں، وہ جی میں کہنا فلانا مسموم ہے، کوئی جانور سڑک پہ آ کے کھلو جائے، اس شو دن کے پتہ بھی گڈی لگ جائے گی، تینوں پتہ ہے گڈی نال لگ گئی ہے کچھ نہیں رہنا، پھر بھی جناب موٹر سائیکل تو دبے ہوئے ایک ہاتھ کرنا والے جناب موبائل پہ چل رہے، مزہ تائیں موٹر سائیکل سے بہنے نال موبائل جے پہ چل رہا، اور جناب لبر بھی آ جائے. اللہم صلی اللہ علیہ وسلم.